ਪੰਜ-ਚਾਰ ਟਰਾਲੀਆਂ ਹੈਗੀਆਂ ਸੀ, ਕੱਲ ਵੀ ਪੰਜ-ਚਾਰ ਆ ਗਈਆਂ। ਕੀ ਸਮੱਸਿਆ ਆ ਰਹੀ ਹੈ ਮੰਡੀ ਦੇ ਵਿੱਚ ਸਰ? ਬਸ ਗੱਟੇ ਚੁੱਕੇ ਜਾਣ ਤੇ ਕੋਈ ਸਮੱਸਿਆ ਨਹੀਂ, ਗੱਟਿਆਂ ਦੀ ਸਮੱਸਿਆ ਸਾਰੀ। ਕਿੰਨੇ ਚਿਰ ਹੋ ਗਿਆ ਗੱਟੇ ਨਹੀਂ ਚੱਕੇ ਜਾ ਰਹੇ ਅਨਾਜ ਮੰਡੀ? ਹਾਂ, 3-4 ਦਿਨ ਹੋ ਗਏ ਆ। ਅੱਛਾ, 3-4 ਦਿਨ ਹੋ ਗਏ, ਜਦੋਂ ਤੋਂ ਮੇਰੇ ਖਿਆਲ ਬੋਲੀ ਸ਼ੁਰੂ ਹੋਈ ਉਦੋਂ ਤੋਂ ਗੱਟੇ ਨਹੀਂ। ਹਾਂ, ਬਸ ਗੱਟੇ ਨਹੀਂ ਚੱਕੇ ਜਾਂਦੇ। ਕੀ ਡਿਮਾਂਡ ਕੀ ਕਰਦੇ ਹੋ ਸਰਕਾਰ ਤੋਂ? ਗੱਟੇ ਨਾਲ ਦੀ ਨਾਲ ਚੱਕੇ ਜਾਣ ਤੇ ਵਧੀਆ, ਜ਼ਮੀਨਦਾਰ ਸੁੱਖਾ ਰਵੇ, ਹੈਨਾ? ਹਾਂ। ਹੋਰ ਮੰਡੀ ਦੇ ਵਿੱਚ ਲਿਫਟਿੰਗ ਦੀ ਬਹੁਤ ਸਮੱਸਿਆ ਆ ਰਹੀ ਹੈ, ਕਦੋਂ ਤੱਕ ਹੱਲ ਹੋ ਜਾਏਗੀ? ਕਿੰਨੀ ਅੱਜ ਤੱਕ ਕੱਟਾ ਆ ਗਿਆ, ਕਿੰਨਾ ਵਿਕ ਗਿਆ ਤੇ ਕਿੰਨੀ ਲਿਫਟਿੰਗ ਹੋ ਗਈ, ਥੋੜ੍ਹਾ ਦੱਸ ਦੋਗੇ ਜੀ? ਮੈਂ ਜਸਵੰਤਰ ਸਿੰਘ, ਮੰਡੀ ਸੁਪਰਵਾਈਜ਼ਰ, ਮਾਰਕੀਟ ਕਮੇਟੀ ਅਬੋਹਰ। ਸਾਡੇ ਕੋਲ ਹੁਣ ਤੱਕ 3,65,000 ਦੇ ਕਰੀਬ ਪਰਚੇਜ਼ ਹੋ ਚੁੱਕੀ ਹੈ ਜੀ, ਅਤੇ ਜਿਹਦੇ ਵਿੱਚੋਂ ਲਿਫਟ ਤਕਰੀਬਨ 70,000 ਬੈਗ ਦੀ ਲਿਫਟਿੰਗ ਹੋਈ ਹੈ। ਲਗਭਗ 2,95,000 ਬੈਗ ਹਜੇ ਮੰਡੀ 'ਚ ਮੌਜੂਦ ਹੈ, ਜਿਹਦੇ ਕਰਕੇ ਜਿਹੜੀ ਸਪੇਸ ਦੀ ਸਮੱਸਿਆ ਹੈ ਬਹੁਤ ਜ਼ਿਆਦਾ ਹੈ। ਇੱਥੇ ਐਕਚੁਲੀ ਕੀ ਹੈ ਕਿ ਆਪਾਂ ਨੂੰ ਉਹਨੇ ਜਿਹੜੇ ਟਰਾਂਸਪੋਰਟਰ ਵੱਲੋਂ ਜੋ ਵੀ ਠੇਕੇਦਾਰ ਹੈ ਉਹਨੇ ਟਰੱਕ ਆਪਾਂ ਨੂੰ ਮੁਹੱਈਆ ਨਹੀਂ ਕਰਵਾਏ ਜਾ ਰਹੇ, ਜਿਹਦੇ ਕਰਕੇ ਇਹ ਸਮੱਸਿਆ ਆਪਾਂ ਨੂੰ ਆ ਰਹੀ ਹੈ। ਕੋਸ਼ਿਸ਼ ਸਾਡੀ ਇਹ, SDM ਸਾਹਿਬ ਨੇ ਵੀ ਮੀਟਿੰਗ ਕੀਤੀ ਹੈ, ਸੈਕਟਰੀ ਸਾਹਿਬ ਨੇ ਵੀ, ਕੋਸ਼ਿਸ਼ ਇਹ ਹੈ ਵੀ ਸ਼ਾਇਦ ਜਲਦੀ ਮਸਲੇ ਦਾ ਹੱਲ ਹੋ ਜਾਏਗਾ। ਠੀਕ ਹੈ ਸਰ, ਥੈਂਕ ਯੂ। ਕੀ ਹੈ ਤੁਹਾਡਾ? ਮੇਰਾ ਨਾਮ ਹੈ ਜੀ ਅਮਰਿਤਪਾਲ ਜੀ। ਅਤੇ ਕਿੱਥੋਂ ਆਏ ਹੋ ਜੀ ਤੁਸੀਂ? ਅਸੀਂ ਆਹ ਨਾਲ ਲੋਕਲ ਹੀ ਹਾਂ ਜੀ, 6 ਕਿਲੋਮੀਟਰ ਹੈ ਜੀ ਆਪਣਾ। ਅਤੇ ਕਿੰਨੇ ਕੁ ਕਣਕ ਲੈ ਕੇ ਆਏ ਹੋ? ਕਣਕ ਲੈ ਕੇ ਆਏ ਹਾਂ ਜੀ ਕੋਈ ਤਕਰੀਬਨ 400 ਕੁਇੰਟਲ ਹੋਊਗੀ। ਅੱਛਾ, ਕੀ ਪਰੇਸ਼ਾਨੀ ਆ ਰਹੀ ਹੈ ਮੰਡੀ, ਤੁਸੀਂ 1-2 ਦਿਨ ਹੋ ਗਏ ਆਏ ਨੂੰ, ਕੀ ਪਰੇਸ਼ਾਨੀ ਹੋ ਰਹੀ ਹੈ? ਪਰੇਸ਼ਾਨੀ ਤਾਂ ਜੀ ਬਸ ਆ ਇੱਕ ਲਿਫਟਿੰਗ ਨਹੀਂ ਹੋ ਰਹੀ ਜੀ। ਅੱਛਾ, ਆ ਗੱਟੇ ਚੱਕੇ ਜਾਣ ਜਲਦੀ, ਫਿਰ ਹੀ ਇਹ ਕਣਕ ਦੁਆਰਾ ਆਊਗੀ, ਕਣਕ ਹੋਰ ਕਿਸਾਨ ਕੋਈ ਲੈ ਕੇ ਆਊਗਾ ਕਣਕ। ਅੱਛਾ ਅੱਛਾ, ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ, ਸਰਕਾਰ ਤੋਂ? ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ, ਬਸ ਲਿਫਟਿੰਗ ਕੀਤੀ ਜਾਵੇ ਅਤੇ ਬਾਰਦਾਨਾ ਲਿਫਟ ਕਰਕੇ ਗੱਟੇ ਚੱਕੇ ਜਾਣ ਅਤੇ ਬਾਰਦਾਨਾ ਦਿੱਤਾ ਜਾਵੇ ਤਾਂ ਕਿ ਮੰਡੀ 'ਚ ਜਗ੍ਹਾ ਮਿਲ ਸਕੇ। ਹਾਂ, ਮੰਡੀ ਜਗ੍ਹਾ ਹੈ ਨਹੀਂ ਫਿਲਹਾਲ, ਹੈ ਨਾ? ਹਾਂ ਬਿਲਕੁਲ ਹੈ ਨਹੀਂ। ਠੀਕ ਹੈ ਜੀ, ਕਣੀ ਤਾਂ ਸਾਨੂੰ ਇਹ ਆ ਰਹੀ ਹੈ ਵੀ ਇੱਥੋਂ ਸਾਡੀ ਥੋੜ੍ਹੀ ਜਿਹੀ ਕਣਕ, ਇੱਕ ਤਾਂ ਕੁਦਰਤ ਦੀ ਕਰੋਪੀ ਆ ਵੀ ਕਣਕਾਂ ਡਿੱਗੀਆਂ, ਮਸ਼ੀਨਾਂ ਵਾਲੇ ਸਾਥੋਂ ਵੱਧ ਤੋਂ ਵੱਧ ਪੈਸਾ ਲੈ ਰਹੇ ਆ, 2,000 ਤੋਂ ਘੱਟ ਵੱਢਦੇ ਨਹੀਂ। ਅਤੇ ਮੁੱਖਲੀ ਗੱਲ ਇਹ ਹੈ ਵੀ ਸਾਡੀ ਤੁਲਦੀ ਨਹੀਂ ਕਣਕ, 4-4 ਦਿਨ ਹੋ ਗਏ ਇੱਥੇ ਬੈਠੇ। ਕੀ ਡਿਮਾਂਡ ਕਰਦੇ ਹੋ ਸਰਕਾਰ ਤੋਂ, ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਅਸੀਂ ਇਹ ਕਰਦੇ ਹਾਂ ਵੀ ਇਹ ਮਾਲਕਾ ਵੀ ਅਸੀਂ ਚਾਹੁੰਦੇ ਹਾਂ ਮਗਰੀਆਂ ਦੋਨੇ ਸਰਕਾਰਾਂ ਹੀ ਚੰਗੀਆਂ ਸੀ। ਨਹੀਂ, ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹੁਣ ਫਿਲਹਾਲ? ਹੁਣ ਤਾਂ ਸਾਨੂੰ 50,000 ਰੁਪਇਆ ਕਿੱਲੇ ਦਾ ਹੀ ਠੇਕਾ ਭਰਿਆ ਜੀ। ਅੱਛਾ, 50,000 ਰੁਪਇਆ ਕਿੱਲੇ ਦਾ ਠੇਕਾ ਭਰਿਆ ਸੀ ਵੀ ਸਾਨੂੰ ਤਾਂ ਉਨੀ ਕਣਕ ਪੂਰੀ ਨਹੀਂ ਹੁੰਦੀ, ਕਾਟ ਕੇ ਸਾਨੂੰ ਪੈਸੇ ਨਹੀਂ ਦੇ ਰਹੇ। ਕਮ ਤੋਂ ਕਮ ਮੇਰਾ 10,000 ਕੱਟਾ ਪੈ ਗਿਆ, ਇੱਥੇ ਕੋਈ ਲਿਫਟਿੰਗ ਨਹੀਂ ਹੋਈ ਹੈ। ਕੀ ਡਿਮਾਂਡ ਕਰਦੇ ਹੋ ਤੁਸੀਂ? ਡਿਮਾਂਡ ਕੀ ਕਰੀਏ, ਇੱਥੇ ਤੋਂ ਕੱਟਿਆ ਦੇ ਡੂਈ ਲਾ ਲਾ ਕੇ ਬੰਦੇ ਦੇਖੋ, ਇਹਨਾਂ ਦੀ ਸਿੱਕੀ ਪਈ ਹੈ ਡੂਈ ਤੇ ਸਰਕਾਰ ਚੱਕਦੀ ਨਹੀਂ ਪਈ ਹੁਣੇ ਤੱਕ, ਤੇ ਹੁਣ ਕੀ ਕਰੀਏ, ਅਸੀਂ ਬਾਹਰ ਚਲੇ ਸੜਕ ਤੇ ਉੱਥੇ ਮਾਲ ਕਰਾਈਏ, ਦੇਖੋ ਸੜਕਾਂ ਤੇ ਮਾਲ ਆਇਆ ਹੋਇਆ, ਇਹ ਦੇਖੋ ਹੁਣ ਤੁਸੀਂ। ਕੀ ਕੀ ਮੰਗ ਕੀ ਕਰਦੇ ਹੋ? ਮੰਗ ਕਰਦੇ ਵੀ ਕੱਟੇ ਚੱਕੇ ਜਾਣ ਇੱਥੋਂ। ਕਿੰਨੇ ਕੁ ਦਿਨ ਹੋ ਗਏ ਇਸ ਤਰ੍ਹਾਂ ਪਏ ਆ ਕੱਟੇ? ਇਹ ਸ਼ੁਰੂ ਤੋਂ ਮਾਲ ਜਦੋਂ ਤੋਂ ਬੋਲੀ ਸ਼ੁਰੂ ਹੋਈ ਹੈ ਹੁਣ ਤੱਕ ਲਿਫਟਿੰਗ ਨਹੀਂ ਹੋਈ ਆ, ਵੀ ਮਾਰਕ ਪੈਡ ਦਾ ਮਾਲ ਪਿਆ ਹੈਗਾ, ਕੋਈ ਲਿਫਟਿੰਗ ਨਹੀਂ ਹੋਈ ਪਈ, ਨਾ ਕੁਛ ਹੋਰ, ਦੇਖ ਲਓ ਠੇਠ ਤੱਕ ਜਿੰਨਾ ਵੀ ਹੈਗਾ ਸਾਰਾ ਮਾਲ ਪਿਆ ਹੈਗਾ ਮਜਾਉਣੇ। ਮਾਰਕੀਟ ਅਧਿਕਾਰੀ ਕੋਈ ਸੁਣਾਈ ਕਰ ਰਹੇ ਹੈ ਕਿ ਨਹੀਂ ਕਰ ਰਹੇ? ਮਾਰਕੀਟ ਅਧਿਕਾਰੀ ਕੀ ਕਰੂਗਾ, ਜਿਹੜੀ ਸਰਕਾਰ ਹੈਗੀ ਜਿਹੜੀ ਏਜੰਸੀ ਹੈਗੀ ਉਹ ਖਰੀਦ ਦੀ ਗਈ, ਉਹਨਾਂ ਨੂੰ ਕਹੋ ਕਿ ਮਾਲ ਚੱਕਿਆ ਜਾਵੇ ਸਾਡਾ।